ਸ਼੍ਰੀਕਾਲ ਜੀ, ਮੈਂ ਜਸਵਿੰਦਰ ਸਿੰਘ ਨਿੱਜਰ ਰਾਮ ਸਾਈਡ ਕ੍ਰੋਪ ਸਾਇੰਸ ਤੋਂ। ਅੱਜ ਕਿਸਾਨ ਵੀਰੋ, ਆਪਾਂ ਹਮੇਸ਼ਾ ਦੀ ਤਰ੍ਹਾਂ ਇੱਥੇ ਪਹੁੰਚੇ ਹਾਂ ਜੀ, ਪਿੰਡ ਸਵਾਹ ਵਾਲਾ। ਇਹ ਪੈਂਦਾ ਹੈ ਜੀ ਜਲਾਲਾਬਾਦ ਦੇ ਵਿੱਚ, ਡਿਸਟ੍ਰਿਕਟ ਫਾਜ਼ਿਲਕਾ। ਅੱਜ ਕਿਸਾਨ ਵੀਰੋ, ਆਪਾਂ ਇੱਥੇ ਪਹੁੰਚੇ ਹਾਂ ਅਤੇ ਮੈਂ ਕਿਸਾਨ ਵੀਰ ਨੂੰ ਮਿਲਿਆ। ਇਹਨਾਂ ਨੇ ਆਪਣੇ ਪ੍ਰੋਡਕਟ ਵਰਤੇ ਆ ਦੋ, ਵੀਜ਼ੋਮੈਕਸ ਅਤੇ ਵੀਜ਼ੋਲ, ਜੋ ਕਿ DAP ਯੂਰੀਆ ਅਤੇ ਪੋਟਾਸ਼ੀਅਮ ਦਾ ਬਦਲ ਹੈ। ਅਤੇ ਇਹ ਵਰਾਇਟੀ ਹੈ ਕਿਸਾਨ ਵੀਰੋ 1401 ਮੁੱਛਲ। ਅਤੇ ਇੱਥੇ ਆਪਾਂ ਇਹਨਾਂ ਨੇ ਪ੍ਰੋਡਕਟ ਵਰਤੇ ਆ ਕਿਸਾਨ ਵੀਰ ਨੇ, ਆਪਾਂ ਕਿਸਾਨ ਵੀਰ ਦੀ ਜ਼ਬਾਨੀ ਸੁਣਦੇ ਆ ਵੀ ਇਹਨਾਂ ਦਾ ਇਹਨਾਂ ਨੂੰ ਕੀ ਰਿਜ਼ਲਟ ਮਿਲਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ, ਕੀ ਨਾਂ ਸਰ ਆਪਣਾ? ਮੇਰਾ ਨਾਮ ਜੀ ਕਮਲਪ੍ਰੀਤ ਸਿੰਘ ਸੰਧੂ। ਕਮਲਪ੍ਰੀਤ ਸਿੰਘ ਸੰਧੂ। ਸੰਧੂ ਸਾਹਿਬ, ਆਪਣਾ ਪਿੰਡ ਅਤੇ ਫੋਨ ਨੰਬਰ ਦੱਸ ਦਿਓ। ਮੇਰਾ ਪਿੰਡ ਹੈ ਜੀ ਸੁਹਾਵਲੀ ਵਾਂ, ਤਹਿਸੀਲ ਜਲਾਲਾਬਾਦ। ਹਾਂਜੀ, ਡਿਸਟ੍ਰਿਕਟ ਫਾਜ਼ਿਲਕਾ। ਠੀਕ ਹੈ ਜੀ। ਫੋਨ ਨੰਬਰ ਮੇਰਾ ਹੈਗਾ ਜੀ 9815960405। ਠੀਕ ਹੈ ਜੀ। ਅਤੇ ਸੰਧੂ ਸਾਹਿਬ, ਕੀ ਤੁਹਾਨੂੰ ਰਿਜ਼ਲਟ ਮਿਲਿਆ ਜੀ? ਕੀ ਕੀ ਤਜਰਬਾ ਰਿਹਾ ਤੁਹਾਡਾ ਆਪਣੇ ਪ੍ਰੋਡਕਟ ਵੀਜ਼ੋਮੈਕਸ ਅਤੇ ਵੀਜ਼ੋਲ ਬਾਰੇ? ਇਹ ਵੀਰ ਜੀ, ਜਦੋਂ ਮੇਰਾ ਨਾਲ ਗੁਰਪ੍ਰੀਤ ਜੀ ਨਾਲ ਮੇਲ ਹੋਇਆ, ਇਹਨਾਂ ਦੇ ਆਉਣ ਤੋਂ ਪਹਿਲਾਂ ਮੈਂ 1-15 ਕਿਲੋ ਯੂਰੀਆ ਇਹਨੂੰ ਪਾਈ ਸੀ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਇਹਨੂੰ ਯੂਰੀਆ ਨਹੀਂ ਪਾਉਣੀ। ਅਸੀਂ ਇਹਦੀਆਂ 3 ਸਪਰੇਆਂ ਇੰਪਲੀਮੈਂਟ ਕੀਤੀਆਂ ਜੀ, ਅਤੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਆਂਢ ਗੁਆਂਢ ਦਾ ਝੋਨਾ ਹਰਾ ਪੰਚ ਵੀ ਪੂਰਾ, ਅਤੇ ਦਾਣੇ ਵਧੀਆ ਲਏ ਆ। ਬਾਕੀ ਸਾਰਾ ਝੋਨਾ ਸਾਡਾ ਡਿੱਗਦਾ ਜਾਂਦਾ, ਸਾਰਾ ਲੰਮਾ ਪੈਂਦਾ ਜਾਂਦਾ, ਇਹਦੇ 'ਤੇ ਕਿਸੇ ਤਰੀਕੇ ਦਾ ਕੋਈ ਉਸ ਚੀਜ਼ ਦਾ ਅਸਰ ਨਹੀਂ ਹੋਇਆ, ਨਾ ਹੀ ਅਸੀਂ ਇਹਨੂੰ ਕੋਈ ਤੇਲੇ ਵਾਲੀ ਸਪਰੇ ਕੀਤੀ ਆ। ਸਿਰਫ ਇਹਨੂੰ ਇੱਕ ਅਸੀਂ ਸੁੰਡੀ ਤੋਂ ਬਚਾਉਣ ਲਈ ਇੱਕ ਹਲਕੀ ਸਪਰੇ ਮਾਰੀ ਆ, ਅਤੇ ਨਾ ਹੀ ਕੋਈ ਇਹਦੇ 'ਚ ਸੁੰਡੀ ਅਟੈਕ ਦਿਸਦਾ ਪਿਆ ਸਾਨੂੰ। ਕੋਈ ਤੁਹਾਨੂੰ ਇਹਦੇ 'ਚ ਕੋਈ ਫੰਗੀਸਾਈਡ ਕਰਨਾ ਪਿਆ ਜੀ? ਨਹੀਂ, ਕੋਈ ਫੰਗੀਸਾਈਡ ਨਹੀਂ ਕੀਤਾ ਜੀ। ਵੱਖਰਾ ਨਹੀਂ, ਕੋਈ 1401 ਵਰਾਇਟੀ ਆ ਸੰਧੂ ਸਾਹਿਬ, ਅਤੇ ਕਿਵੇਂ ਹੋ ਗਿਆ ਵੀ ਤੁਸੀਂ ਦੂਸਰੀ ਵਰਾਇਟੀ ਅਤੇ ਦੂਸਰਿਆਂ ਦੇ ਨਾਲ ਦੀ ਜਿਹੜੀ ਹੈਗੀ ਆ ਕੰਪੈਰੀਟਿਵਲੀ, ਉਹਦੇ 'ਤੇ ਕੀਤਾ ਫੰਗੀਸਾਈਡ? ਬਿਲਕੁਲ 3-3 ਕੀਤੀਆਂ। 3-3 ਕੀਤੀ? ਮਹਿੰਗੇ ਤੋਂ ਮਹਿੰਗੇ ਬਾਸਫ ਦਾ ਕੀਤਾ, ਕੋਈ ਸਜੈਂਟਾ ਦਾ ਕੀਤਾ, ਕੋਈ ਆਪਣਾ ਗਲੀਲੀਓ ਕੀਤੀ ਆ, ਗਲੀਲੀਓ ਸਪਰੇਆਂ ਟੌਪ ਦੀਆਂ ਕੀਤੀਆਂ ਜੀ। ਵਜਨ ਕਿੰਨਾ ਵਜਨ? ਹਾਂ ਬਿਲਕੁਲ ਬਿਲਕੁਲ, ਬਹੁਤ ਵਧੀਆ ਹੈਵੀ ਮੁੰਜਰ ਆ ਪੂਰੀ, ਨਿੱਗਰ ਦਾਣੇ ਨੇ ਪੂਰੇ। ਹਾਂਜੀ, ਬਹੁਤ ਵਧੀਆ ਰਿਜ਼ਲਟ ਆਇਆ ਜੀ। ਤੇ ਸਭ ਤੋਂ ਵਧੀਆ ਤੁਹਾਨੂੰ ਕੀ ਲੱਗਾ ਵੀ ਇਹ ਅਜੇ ਤੱਕ ਡਿੱਗਿਆ ਨਹੀਂ? ਹਾਂਜੀ ਹਾਂਜੀ। ਤੇ ਜਦੋਂ ਕਿ ਦੂਜਾ ਤੁਹਾਡਾ, ਇਹ ਵੀ 1401 ਵੈਰਾਈਟੀ ਹੈ ਜੀ ਸਾਰੀ? 50 ਕਿੱਲੇ ਆ ਜੀ ਸਾਰਾ, ਇੱਕ ਸਾਰ ਖੜਾ ਵੇਖੋ। 50 ਕਿੱਲੇ ਦਾ? 50 ਕਿੱਲੇ ਸਾਰੇ ਸੁਹਾਗਾ ਫਿਰ ਗਿਆ। ਠੀਕ ਹੈ ਠੀਕ ਹੈ, ਮਤਲਬ ਸਿਰਫ ਇਕੱਲਾ ਇਹੀ ਖੇਤ ਆ, 4 ਕਰਾਣਾ ਦਾ ਜਿਹੜਾ ਆਪਣਾ ਪਲਾਟ ਸੀਗਾ, ਇਹੀ ਇਕੱਲਾ ਖੜਾ ਰਹਿ ਗਿਆ, ਬਾਕੀ ਸਾਰੇ ਡਿੱਗ ਪਿਆ। ਅੱਛਾ, ਇਹ ਜਿਹੜਾ ਡੈਮੋ ਕੀਤਾ ਸੀਗਾ ਅਸੀਂ, ਇਹ 4 ਕਨਾਲ ਦੇ ਵਿੱਚ ਕੀਤਾ ਸੀਗਾ। ਹਾਂਜੀ, ਤੇ ਇਹ ਤਜਰਬੇ ਦੇ ਤੌਰ ਤੇ ਅਸੀਂ ਲਿਆ ਸੀਗਾ। ਪਿਛਲੀ ਵਾਰੀ ਅਸੀਂ ਵੀਟ ਤੇ ਵੀ ਕੀਤਾ ਸੀਗਾ, ਤੇ ਇਸ ਵਾਰੀ ਅਸੀਂ ਇਹ 1401 ਮੁੱਛਲ ਦਾ 4 ਕਨਾਲ ਦਾ ਲਿਆ ਸੀਗਾ, ਔਰ ਬੜਾ ਵਧੀਆ ਸਾਨੂੰ ਸਕਸੈਸ ਮਿਲਿਆ। ਜੋ ਇਹਦਾ ਝਾੜ ਆਊਗਾ, ਸੰਧੂ ਸਾਹਿਬ ਨੂੰ ਅਸੀਂ ਕਿਹਾ ਵੀ ਉਹ ਵੀ ਸਾਂਝਾ ਕਰਨਗੇ। ਹਾਂਜੀ, ਤੇ ਤੁਸੀਂ ਸੰਧੂ ਸਾਹਿਬ ਗਾਂ ਕਿਸਾਨ ਵੀਰਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਆਪਾਂ ਨੂੰ ਕੀ ਹੁਣ ਇਸ ਤੋਂ ਗਾਂ ਕਣਕ ਦੇ ਉੱਤੇ ਤੇ ਗਾਂ ਝੋਨੇ ਤੇ ਆਪਣੀ ਫਸਲ ਤੇ? ਮੈਂ ਕਰਨਾ ਵੀ ਤੁਸੀਂ ਕੁਛ ਨਾ ਕੁਛ ਜ਼ਰੂਰ ਇੰਪਲੀਮੈਂਟ ਕਰਕੇ ਵੇਖੋ, ਰਿਜ਼ਲਟ ਲਓ। ਸਾਨੂੰ ਤਾਂ ਬਹੁਤ ਵਧੀਆ ਰਿਜ਼ਲਟ ਮਿਲਿਆ ਜੀ, ਵਿਜ਼ੀਬਲ ਆ ਜਿਹੜੀ ਚੀਜ਼ ਦਿਖ ਰਹੀ ਆ। ਯੂਰੀਆ DAP ਤੋਂ ਖੜਾ ਛੁੱਟਣਾ? ਬਿਲਕੁਲ ਬਿਲਕੁਲ, ਛੁੱਟਦਾ ਛੁੱਟਣਾ ਚਾਹੀਦਾ, ਛੁੱਟਣਾ ਚਾਹੀਦਾ। ਘੱਟੋ ਘੱਟ ਤੁਸੀਂ ਇੱਕ ਰਹੀ ਜਿਹੜੀ ਖਾਣ ਵਾਲੀ ਕਣਕ, ਉਹਦੇ 'ਤੇ ਪ੍ਰੈਕਟੀਕਲ ਕਰੋ। ਬਹੁਤ ਵਧੀਆ ਗੱਲ ਕੀਤੀ ਤੁਸੀਂ, ਸਹੀ ਖਾਣ ਵਾਲੀ ਕਣਕ 'ਤੇ ਪ੍ਰੈਕਟੀਕਲ ਕਰੋ, 2-2 ਕਿੱਲਿਆਂ 'ਤੇ ਕਰਕੇ ਦੇਖੋ, ਜੇ ਤੁਹਾਨੂੰ ਵਿਜ਼ੀਬਲ ਮਿਲੇਗਾ ਤਾਂ ਆਪਾਂ ਹੋਰ ਵੀ ਗਾਂ ਵਧਾਵਾਂਗੇ। ਠੀਕ ਹੈ ਚਲੋ। ਕਿਸਾਨ ਵੀਰੋ ਵੀ ਇਹਦੇ ਵਿੱਚ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਯੂਰੀਆ DAP ਤੋਂ ਬਿਨਾਂ ਵੀ ਤੁਹਾਡੀ ਜਿਹੜੀ ਕਣਕ ਆ ਉਹ ਅਸੀਂ ਕਰਕੇ ਦਿਖਾਵਾਂਗੇ। ਇਹ ਦੋ ਪ੍ਰੋਡਕਟ ਨੇ ਸਾਡੇ ਕੋਲੇ, ਵੀਜ਼ੋਮੈਕਸ ਤੇ ਵੀਜ਼ੋਲ। ਠੀਕ ਹੈ, ਤੁਹਾਨੂੰ ਕਿਲੋ ਵੀ ਯੂਰੀਆ, ਕਿਲੋ DAP ਪਾਉਣ ਦੀ ਲੋੜ ਨਹੀਂ, ਸਿਰਫ ਇਹ ਦੋ ਪ੍ਰੋਡਕਟ ਆ, ਇਹਨਾਂ ਨੂੰ ਮਿਕਸ ਕਰਕੇ ਸਪਰੇ ਕਰਨੀ ਹੈ, ਔਰ ਤੁਹਾਨੂੰ ਕਣਕ ਦਾ ਵਧੀਆ ਝਾੜ ਦੇਵਾਂਗੇ। ਬਾਕੀ ਜੋ ਇਹਦਾ 1401 ਦਾ ਝਾੜ ਆਊਗਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਧੰਨਵਾਦ ਨਿੱਜਰ ਸਾਹਿਬ। ਧੰਨਵਾਦ ਗੁਰਪ੍ਰੀਤ ਜੀ, ਮੈਂ ਦੱਸਣਾ ਭੁੱਲ ਗਿਆ, ਗੁਰਪ੍ਰੀਤ ਜੀ ਵੀ ਆਪਣੇ ਨਾਲ ਨੇ ਇੱਥੋਂ ਦੇ ਮੁੱਖ ਅਫਸਰ ਨੇ, ਤੇ ਬਾਕੀ ਸੰਧੂ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।